Hello, Merana Chaudhary, Rajendra Nidhir, Ajana Kunduri Nidhirana Jatala. Jinnah Chaudhary Ji Brahm ke bitni bande, yani Brahm jada Adam jada, wo Brahma ne paida ki jada. Jiri Ruh vichhe ghi, wo apne paar Brahm di ghi. Jinnah Chaudhary Ji kachche piyo da di bande, pakke piyo di surti ni aasak di. ਕੱਚੀ ਹੇਠ ਤੇ ਪੱਕੀ ਹੇਠ ਬਣਦੀ ਹੈਗੀ ਤੇ ਇਸ ਕਰਕੇ ਜਿਹੜੀ ਜਾਤੀ ਹੈਗੀ ਤੁਹਾਡੀ ਜਾਤੀ ਜਿਹਨੂੰ ਆਪਣੇ ਕੌਮ ਕਹੀਦਾ ਹੈਗਾ ਇਹ ਬੀਜ ਹੈਗਾ ਇਹ ਬੀਜੋਗੇ ਤਾਂ ਪੌਦਾ ਨਿਕਲੇਗਾ ਇਸ ਬੀਜ ਵਿੱਚ ਸ਼ਰਮ ਹੈਗੀ ਜਿਹਦੇ ਕੋਲ ਸ਼ਰਮ ਲੱਗੀ ਉਹਦੇ ਕੋਲ ਧਰਮ ਹੈਗਾ ਜਿਹੜਾ ਆਪਣਾ ਬੀਜ ਭੁੱਲ ਗਿਆ ਉਹ ਫਿਰ ਸ਼ੈਤਾਨ ਦੇ ਹਾਦਸੇ ਚ ਆ ਜਾਂਦਾ ਉਹ ਫਿਰ ਤੁਹਾਨੂੰ ਮਰਾਉਂਦਾ ਹੈਗਾ ਜਿੱਦਾਂ ਭਿੰਡਰਾਂ ਵਾਲਾ ਸੀਗਾ ਨਾ ਉਹ ਸਿੱਖ ਸੀਗਾ ਨਾ ਉਹ ਖਾਲਸਾ ਟੈਰਰਿਸਟ ਸੀਗਾ ਤੇ ਲੋਕੀ ਉਹਨੂੰ ਕਿੱਦਾਂ ਸੁਣਾਉਂਦੇ ਹੈਗੇ ਨੇ ਬੰਦਾ ਬਹਾਦਰ ਜਿਹੜਾ ਸੀਗਾ ਮਨਮੁੱਖ ਖਾਲਸਾ ਸੀਗਾ ਉਹਨੂੰ ਦੇਖੋ ਕਿੱਦਾਂ ਸੁਣਾਉਂਦੇ ਨੇ ਲੋਕੀ ਕਿ ਸਾਨੂੰ ਰਾਜ ਮਿਲ ਜਾਣਾ ਸੀ ਰਾਜ ਦਾ ਖਾਲਸਾ ਕਰਦਾ ਦਿਲ ਤੇ ਜ਼ਮੀਨ ਤੇ ਥੋੜਾ ਕਰਦਾ ਹੈਗਾ ਚਲੋ ਇੱਥੇ ਮੈਂ ਕਰਨਾ ਕਹੇਗਾ ਸਤਿਗੁਰੂ ਅਰਜਨ ਦੇਵ ਜੀ ਦੇ ਸਲੋਕ ਸੋਰਠ ਮਹਲਾ ਪੰਜਵਾਂ ਤੇ ਪੜ੍ਹਨਾ ਹੈਗਾ 611 ਖੋਜਤ ਖੋਜਤ ਖੋਜੇ ਵਿਚਾਰੀਓ ਕਹਿੰਦੇ ਵੀ ਲੋਕੀ ਢੂੰਡਦੇ ਨੇ ਕੋਈ ਫਲਾਣੇ ਸਾਧੂ ਕੋਲ ਜਾਂਦਾ ਵੀ ਫਲਾਣੇ ਸਾਧੂ ਕੋਲ ਜਾਂਦਾ ਹੈਗਾ ਖੋਜੇ ਖੋਜੇ ਡੋਰ ਹੀ ਆਇਆ ਡੋਰ ਹੀ ਜਿਹੜਾ ਹੈਗਾ ਜਿਹੜੇ ਸੁਸਤੀ ਵਾਲੇ ਆਦਮੀ ਹੁੰਦੇ ਨੇ ਉਹ ਦੋ ਕਿਸਮ ਦੇ ਹੁੰਦੇ ਨੇ ਇਹ ਹੈਗੀ ਟ੍ਰਿਨਿਟੀ ਤੇ ਇੱਥੇ ਜਿਹੜੇ ਲੋਕ ਹੁੰਦੇ ਨੇ ਤੇ ਕੋਈ ਚੂੜਾ ਹੋਇਆ ਚਮਾਰ ਹੋਇਆ ਕੋਈ ਜੱਟ ਪ੍ਰਕਾਰ ਮਾਰ ਇਹਨਾਂ ਨੂੰ ਆਪਣੇ ਪਿਓ ਦਾ ਪਤਾ ਬ੍ਰਹਮ ਕੇ ਬੇਟੇ ਉਹ ਫਿਰ ਬ੍ਰਾਹਮਣ ਕੋਲ ਜਾਂਦੇ ਨੇ ਇਹੋ ਉਹਨੇ ਮੋਰਲ ਸਿੱਖਿਆ ਦਿੰਦੇ ਨੇ ਪਰ ਇਹ ਜਿਹੜਾ ਸਮਾਂ ਹੈਗਾ ਪਾਂਚ ਬ੍ਰਹਮ ਹੈਗਾ ਇੱਥੇ ਸਤਿਗੁਰੂ ਅੰਗਦ ਦੇਵ ਜੀ ਦੇ ਕੋਲ ਆਏ ਉਹਨਾਂ ਨੇ ਉਹਨਾਂ ਦੀ ਹੋਮੇ ਮਾਰੀ ਹੋਮੇ ਮਾਰੀ ਤਾਂ ਫਿਰ ਉਹਨੂੰ ਚਾਨਣ ਹੁੰਦਾ ਫਿਰ ਪਾਂਚ ਬ੍ਰਹਮ ਦਾ ਫਿਰ ਅੰਦਰ ਜਿਹੜੀ ਜੋਤ ਹੈਗੀ ਉਹ ਜਗਦੀ ਹੈਗੀ ਇਹ ਆਦਮੀ ਖੋਜ ਸਕਦਾ ਹੈਗਾ ਆ ਨਹੀਂ ਖੋਜ ਸਕਦਾ ਖੋਜੇ ਖੋਜ ਖੋਜ ਆ ਦੋਰੀ ਆਇਆ ਨਾ ਇਹਦੇ ਲਈ ਤੇ ਇਹਦੇ ਲਈ ਖੋਜ ਖੋਜ ਖੋਜੇ ਖੋਜੇ ਖੋਜ ਖੋਜੇ ਵਿਚਾਰੀਓ ਜਿਹੜਾ ਜਿੰਨਾ ਵਿਚਾਰ ਦਾ ਮਤਲਬ ਹੁੰਦਾ ਵੀ ਲੋਜੀਕਲ ਰੀਜਨਿੰਗ ਕਰਨਾ ਜਿਹੜਾ ਲੋਜੀਕਲ ਰੀਜਨਿੰਗ ਕਰਦਾ ਉਹਨੂੰ ਵਿਚਾਰ ਕਹਿੰਦੇ ਨੇ ਖੋਜੇ ਜਿਹੜਾ ਮਿਲਦਾ ਹੈਗਾ ਉਹ ਲੋਜੀਕਲ ਰੀਜਨਿੰਗ ਨਾਲ ਮਿਲਦਾ ਹੈਗਾ ਇਹਨੂੰ ਲੋਗੋ ਕਹਿੰਦੇ ਲੋਗੋ ਉਹਦਾ ਨਾਮ ਹੈਗਾ ਤੇ ਇਸ ਕਰਕੇ ਇਹਦਾ ਰਾਮ ਨਾਮ ਤੱਤ ਸਾਰਾ ਉਹ ਫਿਰ ਜਿਹੜਾ ਹੈਗਾ ਤਦ ਰਾਮ ਦਾ ਨਾਮ ਜਿਹੜਾ ਤੱਤ ਹੈਗਾ ਤੱਤ ਜਿਹਦੇ ਸਾਰਾ ਅਸਰ ਹੈਗਾ ਤੱਤ ਮੋਰੇ ਤੁਸੀਂ ਸੁਣਿਆ ਹੋਣਾ ਤੱਤ ਖਾਲਸਾ ਤੇ ਮਲੇਸ਼ ਖਾਲਸਾ ਤੇ ਬੰਦਾ ਬਹਾਦਰ ਜਿਹੜੇ ਸੀਗੇ ਉਹ ਜਿਹੜੇ ਬਾਂਦਰ ਸੀ ਨਾਲ ਉਹਦੇ ਉਹ ਮਲੇਸ਼ ਖਾਲਸਾ ਸਨ ਜ਼ਮੀਨਾਂ ਦੇ ਹੋਰ ਉਹ ਢੂੰਡਦੇ ਫਿਰਦੇ ਸੀਗੇ ਜਿਹੜਾ ਤੱਤ ਖਾਲਸਾ ਸੀ ਉਹ ਫਿਰ ਛੱਡ ਗਿਆ ਸੀ ਉਹਨਾਂ ਨੂੰ ਤੇ ਫਿਰ ਜਦੋਂ ਉਹਨੂੰ ਲੈ ਚੱਲੇ ਸੀ ਤਾਂ ਫਿਰ ਤੱਤ ਖਾਲਸੇ ਨੂੰ ਕਰਤਾ ਬੇਨਤੀ ਉਹ ਜਿਹੜਾ ਮਨਮੁੱਖ ਹੁੰਦਾ ਨਾ ਲੋਭੀ ਕਾ ਵਸਾ ਦਾ ਕੀਜੇ ਜਾਕੋ ਪਾਰ ਵਸਾਏ ਜੇ ਦਰਿਆਓ ਪਾਰ ਵੀ ਵਸਦਾ ਹੋਵੇ ਤਦ ਵੀ ਲੋਭੀ ਦਾ ਵਸਾ ਨਾ ਕਰੋ ਇਸ ਕਰਕੇ ਉਹਨਾਂ ਨੇ ਵਸਾ ਨਹੀਂ ਕੀਤਾ ਉਹਦਾ ਉਹਨੂੰ ਕਿਹਾ ਕਿਆ ਹੁਣ ਤੂੰ ਆਪਣੀ ਭੁਗਤ ਉਹ ਫਿਰ ਭੁਗਤੀ ਆ ਸੀ ਆਪਣੀ ਜਿਹੜੇ ਤੱਤ ਖਾਲਸਾ ਹੁੰਦੇ ਸੀਗੇ ਉਹ ਕਾਠੀ ਦੇ ਸੌਂਦੇ ਸੀਗੇ ਘਰਾਂ 'ਚ ਵੀ ਨਹੀਂ ਸੌਂਦੇ ਸੀਗੇ ਇਹਨਾਂ ਦਾ ਵਿਆਹ ਕਰਾ ਲਿਆ ਸੀ ਤਾਂ ਸਭ ਕੁਛ ਮਾਰਲੇ 'ਚ ਸੌਂਦਾ ਸੀ ਜਿਹੜਾ ਐਸ਼ਾ ਕਰਦਾ ਸੀ ਤੇ ਇਹ ਹੈਗਾ ਆਪਣੇ ਆਹ ਸਾਧੂ ਹੈਗੇ ਨੇ ਜਿਹੜੇ ਹੈਗੇ ਨੇ ਤੇ
ਖੋਜ ਵਿਚਾਰ ਰਾਮ ਤੱਤ ਸਾਰਾ ਰਾਮ ਦਾ ਜਿਹੜਾ ਤੱਤ ਹੈਗਾ ਉਹੀ ਅਸਲ ਚੀਜ਼ ਹੈਗੀ ਸਾਰਾ ਅਸਲ ਚੀਜ਼ ਕਿਰਦਿਖ ਕਾਟੇ ਕਿਰਦਿਖ ਹੈਗਾ ਜਿਹੜੀ ਮਾਇਆ ਦੇ ਚ ਆਪਾਂ ਧੋਖੇ ਧਾਖੇ ਕਰੀ ਦਾ ਤਾਰਾ ਜਿਹੜਾ ਮਾਇਆ ਦੇ ਨਾਲ ਸੰਬੰਧ ਨਾਲ ਤੁਸੀਂ ਕਿਹੜੀ ਬੇਈਮਾਨੀ ਕਰਦੇ ਕੁਛ ਕਰਦੇ ਆ ਇਹ ਕਿਰਦਿਖ ਕਾਟੇ ਉਹ ਜਿਹੜੇ ਉਹ ਕੱਟ ਲੈਂਦਾ ਗਾ ਨਮਕ ਰਾਧੀਆ ਇੱਕ ਤਿਰ ਪਲ ਥੋੜਾ ਚਿਰ ਵੀ ਰੱਦ ਉਹਨੂੰ ਗੁਰਮੁਖ ਪਾਰ ਉਤਾਰਾ ਜਿਹੜਾ ਰੱਦ ਹੈਗਾ ਉਹ ਉਹਨਾਂ ਚ ਨਹੀਂ ਰਹਿ ਸਕਦਾ ਜਿੰਨਾ ਚਿਰ ਉਹ ਗੁਰਮੁਖ ਨਹੀਂ ਬਣਦਾ ਗੁਰਮੁਖ ਉਹਦਾ ਪੁੱਤਰ ਹੈਗਾ ਪਾਰ ਬ੍ਰਹਮ ਦਾ ਤੇ ਜਿੱਦਾਂ ਦਾ ਪਿਓ ਓਦਾਂ ਦਾ ਪੁੱਤਰ ਤੇ ਗੁਰਮੁਖ ਦੋ ਅਰਥ ਹੈਗੇ ਗੁਰ ਤੇ ਮੁਖ ਗੁਰ ਦਾ ਮਤਲਬ ਇਹ ਜੀ ਗੁਰੂ ਨਹੀਂ ਹੈਗਾ ਗੁਰ ਹੁੰਦਾ ਵੀ ਤੇਰੀ ਕਹਿੰਦਾ ਸਵਾਲ ਕੱਢਣਾ ਹੈ ਉਹ ਇਹਦਾ ਗੁਰ ਕੀ ਹੈਗਾ ਇਹਦਾ ਤਰੀਕਾ ਕੀ ਹੈਗਾ ਕੱਢਣ ਦਾ ਜੇ ਤੁਹਾਨੂੰ ਗੁਰ ਪਤਾ ਲੱਗ ਜਾਏ ਤਾਂ ਸਵਾਲ ਨਹੀਂ ਪੁੱਛਿਆ ਹੁੰਦਾ ਹੈਗਾ ਇਹ ਹੈਗਾ ਫਾਰਮੂਲਾ ਇਹ ਗੁਰ ਜਿਹੜਾ ਹੈਗਾ ਫਾਰਮੂਲਾ ਜਿਹੜਾ ਹੈਗਾ ਉਹ ਹੈਗਾ ਲੋਜੀਕਲ ਰੀਜਨਿੰਗ ਤੇ ਗੁਰਮੁਖ ਉਹ ਆਦਮੀ ਜਿਹੜਾ ਲੋਜੀਕਲੀ ਬੋਲਦਾ ਹੈਗਾ ਜਿਹੜਾ ਗੁਰ ਨਾਲ ਬੋਲਦਾ ਹੈਗਾ ਤਰੀਕੇ ਨਾਲ ਬੋਲਦਾ ਹੈਗਾ ਬੇਤਾਲਾ ਨਹੀਂ ਬੋਲਦਾ ਉਹ ਨਿਆਰਾ ਹੁੰਦਾ ਹੈਗਾ ਉਹ ਲੋਕੀ ਜਿਹੜਾ ਹੈਗਾ ਹੁਣ ਦਿੱਲੀ ਗਏ ਹੋਏ ਮੇਰੇ ਉੱਥੇ ਬੈਠੇ ਨੇ ਆਪਣੇ ਡਾਹ ਤੇ ਮੰਜੇ ਮੁੰਜੇ ਉਹਨਾਂ ਨੇ ਪੁੱਛਿਆ ਵੀ ਜਿਹੜੀ ਜ਼ਮੀਨ ਹੈਗੀ ਉਹ ਜੱਟ ਦੀ ਬੱਚੇ ਜੱਟ ਦੇ ਤੇ ਰਾਖੀ ਕੌਣ ਕਰੂਗਾ ਜੱਟ ਹੀ ਕਰੂ ਕਿ ਉੱਥੇ ਕੋਈ ਅਕਾਲੀ ਕਰੂਗਾ ਜਾਂ ਬੀਜੇਪੀ ਜਾਂ ਕਾਂਗਰਸ ਕਰੂਗੀ ਜੱਟ ਨੇ ਕਰਨੀ ਸੀ ਰਾਖੀ ਤੇ ਵੋਟ ਕਿਹਨੂੰ ਦਿੰਦੇ ਨੇ ਕੋਈ ਅਕਾਲੀ ਨੂੰ ਦਿੰਦਾ ਕੋਈ ਬੀਜੇਪੀ ਨੂੰ ਦਿੰਦਾ ਕੋਈ ਕਾਂਗਰਸ ਨੂੰ ਦਿੰਦਾ ਹੈਗਾ ਆਪਣੀ ਬੋਲੀ ਤਾਂ ਉਹਨਾਂ ਦੇ ਹੱਥ ਫੜਾ ਸੀ ਤੁਸੀਂ ਉਹ ਜਿੱਦਾਂ ਮਰਜ਼ੀ ਤੁਹਾਨੂੰ ਮਾਰਨ ਫਿਰ ਖਾਂਦੇ ਨੇ ਇੱਦਾਂ ਟੱਕਰ ਇਹ ਹੈਗਾ ਬੇਤਾਲਾ ਇਹਨਾਂ ਦੇ ਤਾਲ ਹੈ ਨਹੀਂ ਇਹਨਾਂ ਕੋਲ ਪਤਾ ਨਹੀਂ ਇਹਨਾਂ ਨੂੰ ਕੀ ਕਰਨਾ ਹੈਗਾ ਗੁਰਮੁਖ ਜਿਹੜਾ ਹੈਗਾ ਉਹ ਪਾਰ ਉਤਾਰਾ ਮੈਂ ਨਹੀਂ ਉਹ ਤੁਹਾਨੂੰ ਰੱਬ ਦੇ ਘਰ ਲੈ ਕੇ ਜਾਂਦਾ ਪਾਰ ਬ੍ਰਹਮ ਦੇ ਘਰ ਹਰ ਦਾ ਸਤੀਨ ਪੁਰਖ ਗਿਆਨੀ ਜਿਹੜਾ ਹਰ ਦਾ ਰਸ ਪੀਂਦਾ ਹੈਗਾ ਸਵਾਦ ਲੈਂਦਾ ਹੈਗਾ ਉਹ ਪੁਰਖ ਜਿਹੜਾ ਹੈਗਾ ਆਦਮੀ ਹੈਗਾ ਉਹ ਗਿਆਨੀ ਹੈਗਾ ਗਿਆਨੀ ਉਹ ਜੋ ਆਪ ਵਿਚਾਰੇ ਯਾਨੀ ਕਿ ਲੋਜੀਕਲੀ ਨਹੀਂ ਹਿੰਦੂ ਅੰਨਾ ਤੁਰਕੂ ਕਾਰਨ ਗਿਆਨੀ ਦੋਹਾਂ ਚ ਸਿਆਣਾ ਇਹ ਹੈਗਾ ਇੱਥੇ ਹਿੰਦੂ ਅੰਨਾ ਤੁਰਕੂ ਕਾਰਨ ਗਿਆਨੀ ਦੋਹਾਂ ਤੇ ਸਿਆਣਾ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ ਚੁੱਕਿਆ ਚੁੱਪਣਾ ਜੇ ਬਹਿਣ ਲਵਤਾਰ ਭੁੱਖਿਆ ਭੁੱਖਣਾ ਉੱਤੇ ਜੇ ਬਧਨਾ ਕੋਈ ਅਪਾਰ ਸਹਿਣ ਸਿਆ ਪੱਲਾ ਖੋਣ ਤਾਂ ਇੱਕ ਨਜ਼ਰ ਦੇ ਨਾਲ ਇਹ ਹੈਗਾ ਹਰ ਰਸ਼ਤੀ ਉਹ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਤੇ ਸੁਣ ਸੁਣ ਜਿਹੜਾ ਸੁਣ ਸੁਣ ਆਇਆ ਇੱਕ ਇਹਦੇ ਦੀ ਸੁਣ ਆਇਆ ਇੱਕ ਇਹਦੇ ਦੀ ਸੁਣ ਆਇਆ ਸੁਣ ਸੁਣ ਮਹਾਤ੍ਰਿਪਤ ਮਹਾਤ੍ਰਿਪਤ ਨਾ ਵੀ ਭੁੱਖਿਆ ਭੁੱਖਣਾ ਉਤਰੇ ਜੇ ਬੰਨਾ ਪੁੱਜਣਾ ਪਾਰ ਇਹਦੇ ਦੀ ਹੈਗਾ ਨਾ ਯਾਨੀ ਕਿ ਉਹ ਉਹਦਾ ਜਿਹੜੀ ਭੁੱਖ ਦੀ ਨਾਮ ਦੀ ਉਹ ਉਤਰ ਜਾਂਦੀ ਹੈਗੀ ਉਹ ਨਾਮ ਹਾਸਿਲ ਪਾ ਲੈਂਦਾ ਹੈਗਾ ਸੁਣ ਸੁਣ ਮਹਾਂ ਪਵਿੱਤਰ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਜਿਹੜੇ ਇਹ ਬਾਣੀ ਜਿਹੜੀ ਉਹ ਸਾਧੂ ਜਿਹੜੇ ਹੈਗੇ ਨੇ ਉਹ ਮਾਇਆ ਤੋਂ ਰਹਿਤ ਹੁੰਦੇ ਨੇ ਸਾਧੂ ਦੀ ਪਛਾਣ ਕਰਨੀ ਹੋਵੇ ਤਾਂ ਉਹਨੂੰ ਮਾਇਆ ਦਿਓ ਹੱਥ ਉਹਦੇ ਹੱਥ ਵਿੱਚ ਫੜਾਓ ਜੇ ਉਹ ਲੈ ਲਵੇ ਤਦ ਉਹ ਸਾਧੂ ਨਹੀਂ ਹੈਗਾ ਉਹ ਕਸੰਤ ਹੈਗਾ ਉਹਦੇ ਤੋਂ ਤੁਹਾਨੂੰ ਕੁਛ ਨਹੀਂ ਮਿਲਦਾ ਸਾਧੂ ਜਿਹੜਾ ਹੈਗਾ ਉਹ ਮਾਇਆ ਨੂੰ ਹੱਥ ਨਹੀਂ ਲਾਉਂਦਾ ਉਹਦੇ ਚ ਨਾਮ ਮਿਲਦਾ ਹੈਗਾ ਰਹਾਓ ਮੁਕਤ ਭੁਗਤ
ਮੁਕਤ ਮੁਕਤੀ ਪਾ ਜਾਂਦਾ ਜਦੋਂ ਆਦਮੀ ਆਪਣੇ ਪਾਰ ਬ੍ਰਹਮ ਦਾ ਪੁੱਤਰ ਬਣ ਜਾਂਦਾ ਹੈਗਾ। ਜਨ ਪੁੱਤਰ ਮੁਕਤ ਭੁਗਤ ਉਹ ਭੁਗਤ ਵੈਰਾ ਉਹਦੀ ਖੁਰਾਕ ਖਾਣੀ ਯਾਨੀ ਕਿ ਨਾਮ ਖਾਣਾ। ਜੁਗਤ ਜੁਗਤ ਦਾ ਬੋਲਣਾ ਜੁਗਤ ਲੋਜੀਕਲੀ ਬੋਲਣਾ। ਸੱਚ ਪਾਈਏ ਸਰਬ ਸੁਖਾਂ ਕਾ ਦਾਤਾ ਇਹ ਇਸ ਤਰੀਕੇ ਨਾਲ ਸੱਚ ਪਾਈਦਾ ਗਾ। ਮੁਕਤ ਭੁਗਤ ਤੇ ਜੁਗਤ ਜੁਗਤ ਇੱਥੇ ਆ ਗਿਆ ਨਾ ਆ ਹੈਗਾ ਭੁਗਤ। ਪਹਿਲਾਂ ਉਹਨੂੰ ਤੁਸੀਂ ਉਹਨੂੰ ਲੱਭੋ ਦਿਖਾਵੋ ਫਿਰ ਤੁਸੀਂ ਪ੍ਰਚਾਰ ਕਰੋ। ਜਦੋਂ ਪ੍ਰਚਾਰ ਕੀਤਾ ਫਿਰ ਉਹ ਹੈਗੀ ਜੁਗਤ ਆ ਗਈ ਪ੍ਰਚਾਰ ਉੱਦਾਂ ਨਹੀਂ ਹੁੰਦੀ। ਫਿਰ ਮੁਕਤ ਪਾ ਜਾਂਦਾ ਆਦਮੀ ਤੋਂ ਉਹ ਸੀਡ ਟੂ ਸਰਵ ਗੋਡ ਹੈਗਾ। ਸਰਬ ਸੁਖਾਂ ਦਾ ਦਾਤਾ ਸਾਰੇ ਸੁਖਾਂ ਦਾ ਦਾਤਾ ਹੈਗਾ। ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਵੀ ਕੀ ਦੁਨੀਆਂ ਚ ਦੂਜੇ ਲੋਕੀ ਕਰਦੇ ਨੇ। ਜਿੱਦਾਂ ਹੈਗਾ ਹੁਣ ਮੈਂ ਦੱਸਿਆ ਜ਼ਮੀਨ ਜੱਟ ਦੀ ਤੇ ਖੇਤ ਪਾਲ ਜੱਟ ਦੇ ਤੇ ਵੋਟ ਦੇ ਆਉਂਦੇ ਉੱਥੇ ਜਾ ਕੇ ਕੋਈ ਅਕਾਲੀ ਨੂੰ ਦੇ ਆਉਂਦਾ ਕੋਈ ਕਾਂਗਰਸ ਨੂੰ ਕੋਈ ਕੁਛ ਨੂੰ ਦੇ ਆਉਂਦਾ। ਯਾਨੀ ਕਿ ਆਪਣੇ ਮੋਦੀ ਆਪਣਾ ਕਾਰੋਬਾਰ ਉਹਨਾਂ ਦੇ ਹੱਥ ਫੜਾ ਦਿੰਦੇ ਨੇ। ਜਿੱਦਾਂ 1947 ਚ ਲੋਕਾਂ ਨੇ ਸਿੱਖ ਕੌਮ ਬਣਾਈ ਸੀਗੀ। ਮੇਰੇ ਫਾਦਰ ਕਹਿੰਦੇ ਜਿਸ ਦੀ ਕੌਮ ਬਦਲੀ ਤੇ ਪਿਓ ਨੇ ਜੁੱਤੀ ਖੋਲ ਕੇ ਤਾਂ ਘਰੋਂ ਕੱਢ ਦੇਣਾ। ਉਹੀ ਗੱਲ ਹੋਈ ਸੀ ਘਰੋਂ ਕੱਢ ਦਿੱਤਾ ਵੀ ਯਤੀਮ ਬਣ ਕੇ ਤਾਂ ਇੰਡੀਆ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਇੰਡੀਆ ਆਏ। ਫਿਰ ਆਪਣੇ ਆਪਣੇ ਦਾਸ ਕੋ ਭਗਤ ਦਾਨ ਦੇਵੇ ਆਪਣੇ ਦਾਸ ਜਿਹੜਾ ਹੈਗਾ ਪਾਰ ਬ੍ਰਹਮ ਉਹਦਾ ਜਿਹੜਾ ਦਾਸ ਹੈਗਾ ਯਾਨੀ ਜਿਹੜਾ ਉਹਦੀ ਚਾਕਰੀ ਕਰਦਾ ਹੈਗਾ ਕੋ ਉਹਦੇ ਉਹਨੂੰ ਭਗਤ ਦਾਨ ਦੇਵੇ ਉਹਨੂੰ ਭਗਤੀ ਦਾ ਦਾਨ ਦਿੰਦਾ ਹੈਗਾ। ਪੁਰਖ ਬਦਾਤਾ ਪੂਰਨ ਪੁਰਖ ਬਦਾਤਾ ਉਹ ਜਿਹੜਾ ਹੈਗਾ ਆਦਮੀ ਪੂਰਨ ਹੈਗਾ ਪੱਕਾ ਯਾਨੀ ਕਿ ਸਾਬਤ ਬਦਾਤਾ ਉਹਨੂੰ ਦਾਨ ਦਿੱਤਾ ਹੈਗਾ। ਸਰਵਨੇ ਸੁਣੀਏ ਰਸਨਾ ਗਾਈਏ ਕੰਨਾਂ ਨਾਲ ਸੁਣੋ ਤੇ ਮੂੰਹ ਜੀਭ ਨਾਲ ਉਹਦਾ ਗੁਣ ਗਾਓ। ਹਿਰਦੇ ਦਿਆਈਏ ਸੋਈ ਹਿਰਦੇ ਉਹ ਜਿਹੜਾ ਗੋਸਪਲ ਹੈਗਾ ਉਹ ਇੱਥੋਂ ਨਿਕਲਦਾ ਹਿਰਦੇ ਤੋਂ ਕਿਤਾਬਾਂ 'ਚ ਲਿਖਿਆ ਨਹੀਂ ਜਾ ਸਕਦਾ। ਜਿਹੜੀ ਚੀਜ਼ ਲਿਖੀ ਹੋਈ ਹੈ ਤੁਸੀਂ ਤੋਤੇ ਵਾਂਗਰ ਪੜ੍ਹ ਕੇ ਤਾਂ ਅਗਲੇ ਨੂੰ ਪਟਾਕ ਕੇ ਮਾਰੋਗੇ ਪਰ ਜੇ ਤੁਹਾਡੇ ਸਮਝ ਆਏਗੀ ਬਾਣੀ ਤਾਂ ਤੁਸੀਂ ਆਪਣੇ ਹਿਰਦੇ ਤੋਂ ਉਹਨੂੰ ਸਮਝਾਓਗੇ ਵੀ ਕਿੱਦਾਂ ਹੈਗਾ। ਅੱਛਾ ਰਸਨਾ ਗਾਈਏ ਹਿਰਦੇ ਦਿਹਾਈਏ ਸੋਈ ਉਹਨੂੰ ਹੀ ਹਿਰਦੇ 'ਚ ਧਿਆਉਣਾ ਹੋਰ ਪੈਸਾ ਪੂਸਾ ਨਹੀਂ ਧਿਆਉਣਾ ਕੋਈ ਵੀ। ਯੂ ਕਾਂਟ ਲਵ ਮਮਨ ਐਂਡ ਗੋਡ ਕਰਨ ਕਾਰਨ ਸਮਰੱਥ ਸਵਾਮੀ ਕਰਨ ਕਾਰਨ ਵੀ ਉਹੀ ਸਭ ਕਰਤਾ ਤੱਤਾ ਹੈਗਾ ਸਮਰੱਥ ਉਹ ਸਾਰੀਆਂ ਤਾਕਤਾਂ ਦਾ ਸਵਾਮੀ ਹੈਗਾ। ਜਾਤੇ ਦਿੱਤਾ ਨਾ ਕੋਈ ਉਹਦੇ ਤੋਂ ਕੋਈ ਦਿੱਤਾ ਨਹੀਂ ਜਾਂਦਾ ਉਹ ਹਰ ਇੱਕ ਚੀਜ਼ ਤੁਹਾਨੂੰ ਦਿੰਦਾ ਉਹਦੇ ਦਰ ਤੇ ਪਹੁੰਚੋ ਉਹ ਖਾਲੀ ਹੱਥ ਨਹੀਂ ਤੁਹਾਨੂੰ ਜਾਣ ਦਿੰਦਾ। ਵੱਡੇ ਭਾਗ ਰਤਨ ਜਨਮ ਪਾਇਆ ਵੱਡੇ ਭਾਗ ਸੀਗੇ ਆਹ ਜਿਹੜਾ ਜਨਮ ਹੈਗਾ ਇਹ ਰਤਨ ਹੈਗਾ ਇੱਕ ਹੀਰਾ ਹੈਗਾ ਜਨਮ ਪਾਇਆ। ਕਰੋ ਕਿਰਪਾ ਕਿਰਪਾਲਾ ਹੁਣ ਪਰਮਾਤਮਾ ਕਿਰਪਾ ਕਰ ਸਾਨੂੰ ਨਾਮ ਦਾਮ ਦੇ ਸਾਧ ਸੰਗ ਨਾਨਕ ਗੁਣ ਗਾਵੇ। ਕਿੱਥੋਂ ਮਿਲਦਾ ਹੈਗਾ ਨਾਮ ਦਾਮ ਸਾਧਾਂ ਦੇ ਸੰਗ ਚ ਸਾਧੂ ਜਿਹੜੇ ਹੈਗੇ ਨੇ ਸਾਧੂ ਇਹਨਾਂ ਦੇ ਸਾਧੂ ਕਿਰਪਾ ਦੀ ਉਹਨਾਂ ਦੇ ਨਾਲ ਤੁਸੀਂ ਸੰਗ ਕਰੋਗੇ ਤਾਂ ਇਹਨਾਂ ਤੋਂ ਨਾਮ ਮਿਲ ਜਾਏਗਾ। ਸਾਧ ਸਾ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਹਮੇਸ਼ਾ ਜਿਹੜਾ ਗੋਪਾਲਾ ਜਿਹੜਾ ਹੈਗਾ
ਜਿਹੜਾ ਤੁਹਾਨੂੰ ਰੋਸ਼ਨੀ ਦੇਣ ਵਾਲਾ ਹੈਗਾ, ਯਾਨੀ ਕਿ ਪਾਪ ਬ੍ਰਹਮ, ਉਹਦੇ ਤੁਸੀਂ ਗੁਣ ਗਾਉਣੇ ਹੈਗੇ ਨੇ। ਬਾਕੀ ਹੈਗਾ ਲੋਕੀ ਜਿਹੜੇ ਹੈਗੇ ਨੇ, ਨਾਨਕ ਜਿਹੜਾ ਸੀ ਸਤਿਗੁਰੂ ਸੀਗਾ, ਜਿਹੜਾ ਸੱਤ ਦਾ ਗਿਆਨ ਦੇਵੇ ਉਹਨੂੰ ਸਤਿਗੁਰੂ ਕਹੀਦਾ ਹੈਗਾ। ਮਨ ਨੂੰ ਜਿਹੜਾ ਗਿਆਨ ਦੇਵੇ, ਜਿਹੜਾ ਤਨ ਨੂੰ ਦੇਵੇ ਮਾਤਾ ਪਿਤਾ ਤੇ ਪੰਡਿਤ, ਇਹ ਹੈਗੇ ਗੁਰੂ, ਤਿੰਨ ਗੁਰੂ। ਚੌਥਾ ਜਿਹੜਾ ਹੈਗਾ ਸਤਿਗੁਰੂ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਘਰ ਰਾਖੀ ਮੇਰੀ। ਤੇ ਇਸ ਕਰਕੇ ਜਿਹੜੇ ਬਹੁਤੇ ਲੋਕ ਹੈਗੇ ਤੁਸੀਂ ਦੇਖੋਗੇ ਗੁਰਦੁਆਰੇ ਜਾਂ ਹੋਰ ਗਿਆਨੀ ਵਗੈਰਾ, ਉਹ ਨਾਨਕ ਨੂੰ ਗੁਰੂ ਕਹੀ ਜਾਂਦੇ ਨੇ। ਤੇ ਸੱਚਾ ਪਾਤਸ਼ਾਹ ਜਿਹੜਾ ਹੁੰਦਾ ਉਹ ਸਤਿਗੁਰੂ ਤੋਂ ਵੱਡਾ ਹੁੰਦਾ ਹੈਗਾ। ਜਿੱਦਾਂ ਸ਼ਿਵ ਜਿਹੜਾ ਹੈਗਾ ਆਪਣੇ ਬ੍ਰਹਮਾ ਵਿਸ਼ਨੂੰ ਸ਼ਿਵ, ਬ੍ਰਹਮਾ ਨੇ ਪੈਦਾ ਕੀਤਾ, ਯਾਨੀ ਕਿ ਰੂਹ ਜਿਹੜੀ ਸਾਡੀ ਪਾਰ ਬ੍ਰਹਮ ਹੋਈ। ਤੇ ਨਾਨਕ ਜਿਹੜਾ ਸੀਗਾ ਪਾਰ ਵਿਸ਼ਨੂੰ ਸੀਗਾ, ਉਹਨੇ ਫਿਰ ਤੁਹਾਨੂੰ ਐਜੂਕੇਸ਼ਨ ਦਿੱਤੀ ਮਨ ਨੂੰ। ਤੇ ਜਿਹੜਾ ਆਪਣੇ ਪਾਰ ਸ਼ੇਪ ਸੀ ਆਪਣੇ ਬੁੱਧੀ, ਤੀਜਾ ਪੰਥ ਉਹ ਪਾਰ ਸ਼ੇਪ ਦਾ ਸੀਗਾ ਆਪਣੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ। ਬਹੁਤ ਇਹਦੀ ਪੂਰੀ ਜਾਣਕਾਰੀ ਲਈ ਮੇਰਾ ਕਿਤਾਬ ਹੈਗੀ ਕੱਖ ਉਹਦੇ ਲੱਖ, ਉਹਦਾ ਤੁਹਾਨੂੰ ਲਿੰਕ ਮਿਲ ਜਾਏਗਾ ਇਹਦੇ ਚ ਮੇਰੀ ਡਿਸਕ੍ਰਿਪਸ਼ਨ ਵਿੱਚ। ਆਹ ਹੈਗਾ ਜਿਹੜੇ ਨੇ ਚਾਰ ਛੇ ਹੋਏ ਸਤਿਗੁਰੂ ਤੇ ਚਾਰ ਸੱਚੇ ਪਾਤਸ਼ਾਹ। ਗੁਰੂ ਕੋਈ ਵੀ ਨਹੀਂ ਹੈਗਾ ਸਿੱਖੀ ਤੇ, ਗੁਰੂ ਨਹੀਂ ਹੈਗਾ ਕੋਈ ਵੀ, ਗੁਰੂ ਹੁੰਦਾ ਮਾਤਾ ਪਿਤਾ ਦੇ ਪੰਡਿਤ, ਇਹ ਤਿੰਨ ਹੁੰਦੇ ਜਿਹੜੇ ਮੋਰਲ ਸਿੱਖਿਆ ਦਿੰਦੇ ਨੇ। ਸਤਿਗੁਰੂ ਜਿਹੜਾ ਤੁਹਾਡੇ ਮਨ ਨੂੰ ਦਿੰਦਾ ਹੈਗਾ। ਤੇ ਜਿਹਨੂੰ ਇਹ ਨਹੀਂ ਪਤਾ ਕਿ ਨਾਨਕ ਗੁਰੂ ਨੇ ਸੀਗਾ ਸਤਿਗੁਰੂ ਸੀ, ਉਹਨੇ ਹੋਰ ਕੀ ਪਾਉਣਾ ਹੈਗਾ। ਅੰਨਾ ਮਨ ਦਾ ਜਿਹੜਾ ਹੈਗਾ ਉਹਨੂੰ ਕੁਛ ਨਹੀਂ ਮਿਲਦਾ। ਹਿੰਦੂ ਅੰਨਾ, ਹਿੰਦੂ ਅੰਨਾ ਹੈਗਾ ਇਸ ਕਰਕੇ ਕਿ ਜੋ ਬ੍ਰਾਹਮਣ ਕਹਿੰਦਾ ਉਹੀ ਉਹਨੇ ਕਰਨਾ ਹੈਗਾ। ਅੰਨਾ ਕਰਦਾ ਕਿਸੇ ਦੇ ਮਗਰ ਲੱਗਦਾ ਹੈਗਾ। ਜਿਹੜਾ ਸਿੱਖ ਹੁੰਦਾ ਹੈਗਾ ਉਹ ਨਿਆਰਾ ਹੁੰਦਾ ਹੈਗਾ, ਉਹ ਆਪ ਸੋਚ ਕੇ ਤੇ ਆਪ ਆਪਣਾ ਹਿਸਾਬ ਕਿਤਾਬ ਖੁਦ ਪਾਰ ਬ੍ਰਹਮ ਨੂੰ ਦਿੰਦਾ ਹੈਗਾ। ਉਹ ਅੰਨਾ ਨਹੀਂ ਹੈਗਾ ਹਿੰਦੂ ਅੰਨਾ। ਚੁਰਪੂ ਕਾਣਾ, ਚੁਰਪੂ ਨਾ ਮਨਮੁਖ ਚੱਕਰ ਚਲਾਕ, ਜਦੋਂ ਉਹਦੇ ਸੁਰਤੀ ਆ ਜਾ ਤੇ ਉਹ ਕਹਿੰਦਾ ਵੀ ਬਾਕੀ ਦੇ ਬੁੱਧੀ ਹੋਏਗੇ ਮੈਂ ਉਹਨਾਂ ਨੂੰ ਠੱਗ ਲਵਾਂ, ਉਹ ਹੁੰਦਾ ਚੁਰਪੂ। ਗਿਆਨੀ ਉਹ ਹੁੰਦਾ ਜਿਹੜਾ ਕਿ ਗਿਆਨ ਕਰੇ ਗੁਰ ਨਾਲ, ਗੁਰ ਹੁੰਦਾ ਫਾਰਮੂਲਾ ਢੰਗ ਨਾਲ, ਬੇਚਾਰਾ ਨਾ ਕਰੇ, ਬੇਗੁਰਾ ਨਾ ਕਰੇ, ਫਿਰ ਉਹ ਗਿਆਨੀ ਬਣਦਾ ਹੈਗਾ। ਅੱਗੇ ਤੁਹਾਡੀ ਮਰਜ਼ੀ। ਤੇ ਇਹ ਗਿਆਨ ਜਿਹੜਾ ਹੈਗਾ ਪਾਰ ਬ੍ਰਹਮ ਦੀ ਕਿਰਪਾ ਨਾਲ ਮਿਲਦਾ ਹੈਗਾ, ਇਹ ਆਦਮੀ ਨਹੀਂ ਕੋਈ ਦੇ ਸਕਦਾ ਤੁਹਾਨੂੰ।